ਪਹਿਲੇ ਮੰਗਣਾ ਹੁੰਦਾ ਤੇ ਬਾਅਦ ਵਿੱਚ ਵਿਆਹ ਹੁੰਦਾ ਤੇ ਜਦੋਂ ਵਿਆਹ ਹੁੰਦਾ ਤੇ ਫਿਰ ਬਾਅਦ ਵਿੱਚ ਗਾਹ ਹੁੰਦਾ ਤੇ ਜਿਸ ਤਰ੍ਹਾਂ ਨਾਲ ਗਰਾਮਾਂ ਦੀਆਂ ਕੁੜੀਆਂ ਜ਼ਰਾ ਮੋਹੇ ਮੱਥੇ ਲੀਆਂ ਕੁੜੀਆਂ ਟੱਬਰੇ ਵਿੱਚੋਂ ਚੋਣ ਕੇ ਅਗਲੇ ਦੇ ਘਰ ਭੇਜਦੇ ਨੇ ਸੋਹਣੀਆਂ ਸਾਹਣੀਆਂ ਜ਼ਰਾ ਮੋਹੇ ਮੱਥੇ ਲੀਆਂ ਕੁੜੀਆਂ ਕੁੱਫੀ ਨਹੀਂ ਸੁਚਰੀ ਜੀ ਚਾਚੀ ਵੀ ਹੋਵੇ ਉਸ ਨਾਲ ਨਹੀਂ ਕਰਦੇ ਭੈਣ ਤੂੰ ਘਰ ਹੀ ਰਹਿ ਲੈ ਉਹ ਕੁੜੀਆਂ ਗਈਆਂ ਨੇ ਮੰਗਣੀ ਕਰਨੇ ਜਨਾਬ ਅਲੀ ਕਿਸੇ ਜਾਤਕੇ ਦੀ ਬੂਹ ਬੜੀਆਂ ਨੇ ਤੇ ਇੱਥੋਂ ਨਜ਼ਮ ਸ਼ੁਰੂ ਹੁੰਦੀ ਹੈ ਸਲਾਮ ਅਲੈਕੁਮ ਭੈਣ ਜੀ ਕੇ ਪੇ ਕਰਦੇ ਹੋ ਇੰਦਕੋ ਸੁਣੋ ਜੀ ਇੰਦਕੋ ਜੀ ਜੀ ਸਲਾਮ ਅਲੈਕੁਮ ਭੈਣ ਜੀ ਕੇ ਪੇ ਕਰਦੇ ਹੋ ਅੱਲਾ ਅੱਲਾ ਤੁਸੀਂ ਅੱਜ ਚੀੜੇ ਪੇ ਮਲਦੇ ਹੋ ਉਸ ਵੇਲੇ ਡਮਣੀ ਨਾਲ ਮਲ ਕੇ ਧੋਂਦੇ ਜੀ ਜੀ ਵਾਹਲੈਕੁਮ ਸਲਾਮ ਭੈਣ ਖੈਰੀ ਨਾਲ ਆਇਓ ਅੰਦਰ ਲੱਗ ਕੇ ਬਹਿ ਜੀ ਕਿੰਜੀ ਭੁੱਲ ਆਇਓ ਆਹ ਸਾਰੀ ਗੱਲ ਦੱਸਣੀ ਹੈ ਕੰਮ ਹੈ ਮੁਕਾਓ ਦਾ ਆਹ ਜ਼ਰਾ ਆਵਾਜ਼ ਦੇ ਕੇ ਸ਼ਬੋ ਬੁਲਾਓ ਦਾ ਜਦੋਂ ਘਰੇ ਮਰਸਾ ਤੇ ਜੰਦਕਾਂ ਜੋੜਿਆਂ ਦਾ ਕੀ ਹਾਲ ਚਾਲ ਏ ਇਹ ਵੱਡਾ ਜੰਦੁਕ ਵੱਖਰੇ ਹੀ ਆ ਤੁਸਾਂ ਨਾਲ ਵੱਡੇ ਦਾ ਬੂਹ ਡਰ ਹੁੰਦਾ ਨਾ ਜੰਦਕਾਂ ਜੋੜਿਆਂ ਦਾ ਕੀ ਹਾਲ ਚਾਲ ਏ ਵੱਡਾ ਜੰਦੁਕ ਵੱਖਰੇ ਹੀ ਆ ਤੁਸਾਂ ਨਾਲ ਏ ਅਖੇ ਜੀ ਵੱਡਾ ਪਹਿਲੇ ਵੱਖਰੇ ਆ ਹੁਣ ਸਾਡੇ ਨਾਲ ਏ ਜਦੋਂ ਦਾ ਬਿਮਾਰ ਹੋਇਆ ਹਾਲੋਂ ਬੇਹਾਲ ਹੈ ਸੱਚੀ ਦੱਸੇ ਜਦੋਂ ਲਾਦਾ ਵੱਡੇ ਵਿਆਹ ਆਏ ਸੌ ਵਾਰੀ ਕੱਢਿਆ ਮਗਜ਼ੇ ਤੋਂ ਲਾਹ ਆਏ ਖਾਦ ਪੀਤ ਛੋੜ ਕੇ ਤੇ ਕਿੱਥੇ ਉਹ ਅੜਦਾ ਪੇਸ਼ੀ ਵੇਲੇ ਕੱਢੋ ਤੇ ਡਿਗਰੀ ਆਪ ਅੜਦਾ ਤੇ ਤੁਸਾਂ ਕੋਲ ਤੇ ਨਿੱਕੇ ਨੇ ਤੇ ਆਪਣੀ ਗਾਂ ਰੱਖੀ ਹੋਈ ਹੈ ਨਾ ਦੁੱਧੇ ਦੀ ਭੂ ਲਾੜੋ ਸੀ ਨਾ ਤਾਂ ਰੱਖੀ ਹੋਈ ਤੇ ਤੁਸਾਂ ਕੋਲ ਭੈਣ ਹੋ ਨਿੱਕੇ ਅਸੀਂ ਆਏ ਹਾਂ ਤੇ ਅੱਜ ਤੁਸਾਂ ਕੋਲ ਭੈਣ ਹੋ ਨਿੱਕੇ ਅਸੀਂ ਆਈ ਹਾਂ ਵਾਹਵਾ ਯਾਦ ਰੱਖਸਾਂ ਮੈਂ ਇਸ ਪਲੇ ਆਈ ਹਾਂ ਨਿੱਕਾ ਮੇਰਾ ਜੰਦੁਕ ਤੇ ਬਹੁ ਮਸਕੀਨ ਇੱਕ ਵਾਰੀ ਦੇਖ ਸੋ ਤੇ ਆਖਸੋ ਅਮੀਨ ਤੇ ਇੱਕ ਵਾਰੀ ਦੇਖ ਸੋ ਤੇ ਆਖਸੋ ਅਮੀਨ ਆਖਸੋ ਅਮੀਨ ਨਿੱਕਾ ਮੇਰਾ ਕੁੜੀਆਂ ਤੇ ਬਹੁ ਸ਼ਰਮਾਉਂਦਾ ਹੈ ਹੋਰ ਬਹੁ ਚੰਗਾ ਪਿਆਜ਼ ਜ਼ਰਾ ਖਾਂਦਾ ਹੈ ਨਿੱਕਾ ਮੇਰਾ ਕੁੜੀਆਂ ਤੋਂ ਬਹੁ ਸ਼ਰਮਾਉਂਦਾ ਹੈ ਹੋਰ ਬਹੁ ਚੰਗਾ ਪਿਆਜ਼ ਜ਼ਰਾ ਖਾਂਦਾ ਹੈ ਉਹਨਾਂ ਆਖਿਆ ਜੀ ਪਿਆਜ਼ ਇੱਕ ਸਬਜ਼ੀ ਅਸੀਂ ਵੀ ਤੇ ਖਾਂਦੇ ਹਾਂ ਅਸਾਂ ਤੇ ਹਰ ਵਾਰੀ ਆਪਣਾ ਵੀ ਲਾਉਂਦੇ ਹਾਂ ਅੱਕੇ ਨੇ ਨੰਗੀ ਉਹ ਸ਼ਹਿ ਜੀ ਪੀ ਕਿਤੇ ਆਉਂਦਾ ਹੈ ਬੋਹੀਆਂ ਮੁਕਾਣੇ ਅਸੀਂ ਉੱਤੋਂ ਜ਼ਰਾ ਖਾਂਦਾ ਠੀਕ ਹੈ ਵਾਹ ਤੁਹਾਡਾ ਜੰਦੁਕ ਤੇਰਾ ਇਤਨਾ ਖਰਾਬ ਹੈ ਇਸੇ ਕੱਚੀ ਉਮਰਾਂ ਪੀਂਦਾ ਉਹ ਸ਼ਰਾਬ ਹੈ ਕਿਹੜਾ ਨਹੀਂ ਨਿਪਟ ਸ਼ਰਾਬੀ ਉੱਥੇ ਜੀਂਦਾ ਹੈ ਜੂਆ ਸ਼ੂਆ ਜਿੱਦ ਕਹਿੰਦੇ ਤਾਂ ਕੇ ਨੀ ਪੀਂਦਾ ਉਸ ਆਖਿਆ ਵੀ ਉਹ ਸ਼ਹਿ ਵੀ ਉਹ ਪੀਂਦਾ ਤੇ ਪਿੱਛ ਵੀ ਉਹ ਲਾਉਂਦੇ ਤੇ ਤੂੰ ਪਿਆਖ ਨੀ ਪਿਆਜ਼ ਵੀ ਉਹ ਖਾਂਦਾ ਹੈ ਅਗਰ ਜੂਏ ਨੀ ਪਿੱਛ ਘੜੀ ਨੇ ਤੇ ਨਿਤ ਲਾਉਂਦਾ ਹੈ ਚੋਰੀ ਛੋਰੀ ਕਰੇ ਤੇ ਤਾਂ ਕੇ ਜਾਂਦਾ ਹੈ ਉਸ ਆਖਿਆ ਵਾ ਮੈਂ ਪਈ ਆਖਨੀ ਆ ਕੰਮੇ ਉੱਤੇ ਜਾਂਦਾ ਫਜ਼ਰੀ ਕਿਹੜੇ ਵੇਲੇ ਸ਼ਾਮੀ ਏ ਮੁੜ ਕੇ ਤੇ ਆਉਂਦਾ ਕੰਮ ਸ਼ੰਮ ਕਰਦਾ ਜਾਂ ਸਿਰੋਂ ਹੀ ਮਲਾਂਗੇ ਪੈਸਾ ਵੀ ਕਮਾਉਂਦਾ ਜਾਂ ਨੰਗ ਧੜਾਂਗੇ ਅੱਗੇ ਜੀ ਖਾਨਾ ਤੇ ਡੇਰੇ ਉੱਤੇ ਮੱਛ ਛੱਛ ਬਲਦਾ ਤੇ ਪੁੜੀਆਂ ਵੀ ਠੀਕ ਠਾਕ ਹੋਰ ਪਰ ਟਲਦਾ ਪੈਸਾ ਟੱਕਾ ਇਸ ਕੋਲੋਂ ਕਦੇ ਨਹੀਂ ਮੁੱਕਿਆ ਐਵੇਂ ਤੇ ਨਹੀਂ ਰਾਤੀਆਂ ਜਾਗ ਜਾਗ ਸੁੱਕਿਆ ਤੇ ਜੇ ਕੁਝ ਪਿਓ ਤੇ ਗਿਆ ਜਰਾ ਲਹਿਰੀ ਦਾ ਤੇਜ਼ ਹੈ ਲਹਿਰੀ ਵੀ ਨਹੀਂ ਦੇਖਦਾ ਕੁਰਸੀ ਕੁਰਸੀ ਹੈ ਕਿ ਮੇਜ਼ ਅਤੇ
ਕਿ ਦੱਸਾਂ ਭੈਣ ਵੀ ਚੰਗਿਆਂ ਦੇ ਪੰਗੇ ਨੇ, ਇਹ ਵੀ ਰੋ ਰੋ ਕਿਤੇ ਅੱਲਾ ਕੋਲੋਂ ਮੰਗੇ ਨੇ। ਜੇ ਕੁਝ ਲੱਭਦਾ ਕੁੱਤੇ ਅੱਗੇ ਪਾਉਂਦਾ, ਜਿੱਥੋਂ ਕੋਈ ਥਾਂਦਾ ਕੁੱਤੇ ਖੁਲਾਉਂਦਾ। ਪਿਓ ਨੇ ਵੀ ਚੰਗੀ ਤਰ੍ਹਾਂ ਢਾ ਕੇ ਤੇ ਕੁੱਟਿਆ, ਤਲੋਂ ਛੁਰੀ ਕੱਢ ਕੇ ਤੇ ਪਿਓ ਦਾ ਉੱਠਿਆ। ਫਿਰ ਅਸਾਂ ਸੋਚਿਆ ਨਿਕਾਹ ਕਰ ਛੋੜਾਂ, ਨਾ ਨਾਤਾ ਵੀ ਲੱਭੇ ਤੇ ਵਿਆਹ ਕਰ ਛੋੜਾਂ, ਤੇ ਭਲਾ ਹੋਵੇ ਭੈਣ ਇਹ ਕੁੜੀ ਵੀ ਸੋਹਣੀ ਇਸ ਨਾਲ ਜੁਗਾਉਂਦੀ ਏ, ਪਤਾ ਪਿਆ ਲੱਗਦਾ ਜਿਹੜੇ ਪਾਸੇ ਜਾਂਦੀ ਏ। ਨਾਤਾ ਚਾਰ ਦਿਓ ਤੇ ਕਹਿ ਜੀ ਸੋਹਣੀ ਗੱਲ ਏ, ਅਸਾਂ ਦੇ ਮਸਲੇ ਦਾ ਇਹ ਹੈ ਇੱਕ ਹੱਲ ਏ, ਮਤਾਂ ਅਸਾਂ ਸਾਡੀ ਗੱਲਾਂ ਦਾ ਬਾਜ਼ ਆ ਜਲੇ। ਐਂ ਜੀ ਮੱਧ ਨਾ ਭੈਣਾਂ ਉਦੋਂ ਇਹ ਬਾਜ਼ ਆ ਜਲੇ। ਉਹਦਾ ਆਖਿਆ ਭੈਣ ਨਾ ਅਸੀਂ ਨਾਟਾਂ ਤੇ ਨਾ ਮਲਵਾਣੇ, ਇਹ ਕੁੜੀ ਦੇ ਅਸਾਂ ਨੇ ਕੰਨ ਹੀ ਕਪਾਣੇ। ਇਹ ਭਲਾ ਹੋਵੇ ਵੇਲੇ ਦਾ ਸਾਰਾ ਕੁਝ ਦੱਸੇ, ਇਹ ਆਪਣੇ ਹੀ ਜਮਾਇਆ ਜਾਂ ਕਿਸੇ ਕੋਲੋਂ ਕੱਸੇ।